ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਅੱਜ ਕੱਲ ਗਣਕ ਦੀ ਕਟਾਈ ਤੇ ਤੁਹਾਨੂੰ ਪਤਾ ਕਿ ਜਿਵੇਂ ਕਿ ਮੇਰੇ ਵਰਗੇ ਮਜ਼ਦੂਰ ਜਿੰਨੇ ਵੀ ਆ ਸਾਰਿਆਂ ਦੀ ਇਹ ਕੋਸ਼ਿਸ਼ ਆ ਵੀ ਸਾਰੇ ਸਾਲ ਦੇ ਦਾਣੇ ਇਕੱਠੇ ਕਰ ਲਈਏ ਮੁੜ ਕੇ ਬਾਅਦ ਵਿੱਚ ਲੈਣੇ ਬੜੇ ਔਖੇ ਆ ਜੇ ਗੱਲ ਕਰੀਏ ਗੰਧਮ ਦੇ ਰੇਟ ਦੀ ਤੇ ਹਰ ਬੰਦੇ ਦੀ ਆਪਣੀ ਗੱਲ ਤੇ ਆਪਣੀ ਬਾਤ ਆ ਜਿੰਨੇ ਮੂੰਹ ਔਨੀਆਂ ਗੱਲਾਂ ਕਿਸੇ ਦੀ ਕੋਈ ਸਮਝ ਨਹੀਂ ਲੱਗਦੀ ਯਾਰ ਹਰ ਬੰਦਾ ਹੀ ਨਵੀਂ ਗੱਲ ਸੁਣਾਉਂਦਾ ਤੇ ਨਵੀਂ ਗੱਲ ਸੁਣਾ ਕੇ ਅਗਲੇ ਬੰਦੇ ਨੂੰ ਕਰ ਦਿੰਦਾ ਪਰੇਸ਼ਾਨ ਚਲ ਮਿੱਤਰੋ ਗੱਲ ਇਹ ਵੀ ਜੇ ਕਿਸੇ ਨੇ ਗੰਧਮ ਲੈਣੀ ਆ ਤੇ ਉਹਨੂੰ 3200 3300 ਰੇਟ ਤੇ ਮਿਲੇਗੀ ਵੇਚਣੀ ਆ ਉਹਨੂੰ ਇਸ ਤੋਂ ਵੀ ਘੱਟ ਰੇਟ ਤੇ ਵੇਚਣੀ ਪੈਣੀ ਆ ਅੱਜ ਇਸ ਗੱਲ ਦਾ ਵੀ ਤੁਹਾਨੂੰ ਮੈਂ ਦੱਸ ਹੀ ਦਵਾਂ ਯਾਰ ਮਿੱਤਰੋ ਅੱਜ ਇੱਥੇ ਇੱਕ ਬੰਦਾ ਗੱਲ ਕਰ ਰਿਹਾ ਸੀ ਕਿ 2024 ਦੇ ਵਿੱਚ ਪੂਰੇ ਪੰਜਾਬ ਦੇ ਕਣਕ ਦਾ ਨਵਾਂ ਰੇਟ ਇਹ ਆ ਵੀ 3100 3200 ਹੱਦ 3300 ਜੇ ਕਿਸੇ ਛੋਟੇ ਜ਼ਿਮੀਦਾਰ ਨੇ ਵੇਚਣੀ ਆ ਤੇ ਉਹਨੂੰ ਇਸ ਤੋਂ ਵੀ ਘੱਟ ਰੇਟ ਤੇ ਕੜਕ ਦੇਣੀ ਪੈਣੀ ਹੈ ਗਵਰਨਮੈਂਟ ਨੂੰ ਇਹ ਗੱਲ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਪਤਾ ਨਹੀਂ ਐਵੇਂ ਛੱਡ ਗਿਆ ਸਾਡੇ ਕੋਲ ਯਾਰ ਇਹ ਮਿੱਤਰੋ ਨਾਲ ਲੱਗਦੇ ਗੱਲ ਕਰੀਏ ਵਾਢੀ ਦੀ ਕਣਕ ਦੀ ਵਢਾਈ ਅੱਜ ਕੱਲ੍ਹ ਚੱਲਣ ਦੀ ਹੈ ਸਾਡੇ ਵਾਲੀ ਸਾਈਡ ਤੇ 3 ਮਣ 4 ਮ ਫੀ ਏਕੜ ਤੇ ਜੇ ਮਿੱਤਰੋ ਕਿਸੇ ਨੇ ਰੈਪਰ ਦੀ ਵੱਡੀ ਹੋਈ ਕਣਕ ਪਾਉਣੀ ਆ ਤੇ ਇਕੱਠੀ ਕਰਨੀ ਆ ਉਹਨੂੰ ਏਕੜ ਦਾ ਮਿਲੇਗਾ ਡੇਢ ਮਨ ਤੋਂ 2 ਮਨ ਤੱਕ ਮਿੱਤਰੋ ਜਿਹੜੀ ਸੂਰਤੇ ਹਾਲ ਹੈਗੀ ਹੈ ਨਾ ਕਣਕ ਦੇ ਰੇਟ ਦੀ ਮੈਂ ਕਹਿੰਦਾ ਵੀ ਜਿਹੜਾ ਤੇ ਬਹੁਤਾ ਤਕੜਾ ਜ਼ਿੰਮੇਦਾਰ ਆ ਉਹ ਚੰਗਾ ਰਹਿ ਜਾਏਗਾ ਤੇ ਜਿਹੜਾ ਬਿਲਕੁਲ ਛੋਟਾ ਜ਼ਿੰਮੇਦਾਰ ਆ ਉਹ ਚੰਗਾ ਰਹਿ ਜਾਏਗਾ ਕਿਉਂਕਿ ਹਰ ਬੰਦੇ ਨੇ ਆਪਣੇ ਖਾਤੇ ਪੂਰੇ ਕਰ ਲੈਣੇ ਨੇ ਤੇ ਗੱਲ ਮੁੱਕਣੀ ਹੈ ਦਰਮਿਆਨੇ ਜ਼ਿੰਮੇਦਾਰ ਤੇ ਉਹ ਰਗੜਾ ਜਾਣਾ ਵਾ ਮੈਂ ਕਹਿੰਦਾ ਵੀ ਅੱਲਾ ਹੀ ਰਹਿਮ ਕਰੇ ਸਾਡੇ ਪਾਕਿਸਤਾਨ ਤੇ ਤੇ ਸਾਡੇ ਕਿਸਾਨ ਪਾਈਆਂ ਤੇ ਯਾਰ ਮਿੱਤਰੋ ਜੇ ਗੱਲ ਕਰੀ ਈ ਆਇਆ ਇਥੇ ਆਪਣੇ ਕਣਕ ਵੜਨ ਤੇ ਮਾਸ਼ਾਅੱਲਾ ਮੌਸਮ ਦੀ ਜਦੋਂ ਮਾਰੀ ਨਿਗਾਹ ਘੰਡੇ ਕਬਦ ਹੋ ਗਏ ਬਦਲ ਬੁੱਦਲ ਪਹਿਲੇ ਸਵੇਰ ਗਰਮੀ ਸੀ ਬੜੀ ਚਾਨਣੇ ਕੇ ਮੌਸਮ ਹੋ ਗਿਆ ਖਰਾਬ ਇੱਕ ਵਾਰ ਮੌਸਮਿਆਤ ਵਾਲੇ ਨੇ ਦੱਸਿਆ ਸੀ ਕਿ 28 ਤਰੀਕ ਨੂੰ بارشਾਂ ਬੂਰਸ਼ਾਂ ਫੇਰ ਸ਼ੁਰੂ ਹੋ ਜਾਣੀਆਂ ਮੈਂ ਕਹਿੰਦਾ ਵੀ ਅੱਜ ਤੇ ਹੈਗੀ 19 ਤਰੀਕ ਤੇ ਅੱਜ ਤੇ ਗੱਲ ਕੋਈ ਬਣਦੀ ਨਹੀਂ ਬਦਲ ਬੁੱਦਲ ਅਚਾਨਕ ਫੇਰ ਆ ਕੇ ਚੜੀ ਪੂਰੇ ਭਾਰ ਨਾਲ ਲੱਗੀ ਆ ਲੈ ਮਿੱਤਰੋ ਜਿਹੜੀ ਪਹਿਲੇ بارش ਹੋਈ ਸੀ ਨਾ ਉਹਦੇ ਦੇ ਵਿੱਚ ਤੇ ਆਪਣੇ 2 ਦਿਨ ਲੰਘ ਗਏ ਸੀ ਈਵੇਂ ਰੋਂਦਿਆਂ ਧੋਂਦਿਆਂ ਖੱਜਲ ਖਰਾਬ ਹੁੰਦਿਆਂ ਤੇ ਹੁਣ ਫੇਰ ਹਫ਼ਤੇ ਕੇ ਬਾਅਦ ਹੋਏ ਨੇ ਰਹਾ ਉਥੇ ਗੋਸਲਾ ਮੈਂ ਕਿਹਾ ਲੱਗਦਾ ਵੀ ਇਹਦੇ ਜਿਵੇਂ ਬੱਚੇ ਪੁੱਛੇ ਕੱਢ ਕੇ ਤੇ ਹੋ ਗਿਆ ਅੱਲਾ ਬੇਲੀ ਤੇ ਕਣਕ ਮਾਸ਼ਾਅੱਲਾ ਪੱਕ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਵੀ ਹੁਣ ਕੰਮ ਪੈਣਾ ਹੈ ਇਸ ਤੋਂ ਪਹਿਲੇ ਕਿ ਕੋਈ ਹੋਰ ਸਾਨੂੰ ਆ ਕੇ ਡਾਵੇ ਅਸੀਂ ਆਪ ਹੀ ਉੱਡ ਜਾਈਏ ਤੇ ਮਾਸ਼ਾਅੱਲਾ بارش ਹੋ ਗਈ ਹੈ ਸ਼ੁਰੂ ਟਿਕੜ ਖੋਬਾ ਵੀ ਹੁਣ ਹੋਣ ਵਾਲਾ ਹੀ ਹੈ ਅੱਲਾ ਹੀ ਖੈਰ ਕਰੇ ਯਾਰ ਲੈ ਵੀ ਚੜਦੇ ਪੰਜਾਬ ਵਾਲਿਓ ਲੈਂਦੇ ਪੰਜਾਬ ਦੀਆਂ ਫਸਲਾਂ ਤੇ ਸੋਹਣੇ ਸੋਹਣੇ ਮੌਸਮ ਦਾ ਕਰੋ ਨਜ਼ਾਰਾ ਕਿਆ ਬਾਤ ਆ ਮਾਸ਼ਾਅੱਲਾ ਕਰ ਦੋ ਯਾਰ ਵੀਡੀਓ ਨੂੰ ਲਾਈਕ ਕਿੰ사 ਪਿਆਰਾ ਵਿਊ ਆਇਆ ਬਦਲ ਛੱਦਲ ਹੋਏ ਹਲਕੀ ਹਲਕੀ ਹੋ ਰਹੀ ਹੈ ਕਿਨ ਸੱਜਣੋ ਤੇ ਮਿੱਤਰੋ ਉਹੀ ਹੋਇਆ ਨਾ ਜਿਹਦਾ ਡਾਰਸੀ ਕਨਮੈਂਟ ਤੋਂ ਬਾਅਦ ਹੋ ਗਿਆ ਜੀ ਕੰਮ ਸ਼ੁਰੂ بارش ਵਾਲਾ ਤੇ ਅਸੀਂ ਵੀ ਕਣਕ ਦਿੱਤੀ ਬੰਦ ਕਰ ਮੈਂ ਕਹਿੰਨਾ ਵੀ ਜਾ ਕੇ ਵੱਡिए ਪੱਠੇ ਇਸ ਤੋਂ ਪਹਿਲੇ ਵੀ بارش ਆਵੇ ਬਹੁਤ ਤੇਜ਼ ਕੰਮ ਜਿਹੜਾ ਨਿਬੜਦਾ ਟਾਈਮ ਫਿਰ ਨਿਬੇੜੀ ਹੈ ਕਣਕ ਤੇ ਹੁਣ ਦੋ ਦਿਨ ਮੈਨੂੰ ਲੱਗਦਾ ਵੀ ਵੱਡੀ ਨਹੀਂ ਜਾਣੀ ਜਿਹੜੀ ਕਿ ਸੂਰਤIAL ਬਣੀ ਹੋਈ ਹੈ ਮੌਸਮ ਦੀ ਅੱਗੋਂ ਅੱਲਾਹ ਬਿਹਤਰ ਕਰੇਗਾ ਵੀ ਵੇਖੋ ਬਣਦਾ ਕੀ ਉਹ ਵੀ ਮਿੱਤਰੋ ਪੱਠਿਆਂ ਵਾਲਾ ਕੰਮ ਹੋ ਗਿਆ ਸ਼ੁਰੂ ਇਸ ਤੋਂ ਪਹਿਲੇ ਵੀ بارش ਆਵੇ ਤੇਜ਼ ਅੱਬੂ ਜਾਨ ਮੈਨੂੰ ਕਹਿਣ ਲੱਗੇ ਪੁੱਤਰ ਆਪਾਂ ਟਾਈਮ ਨਾਲ ਜਾ ਕੇ ਪੱਠੇ ਵੱਢ ਲਈਏ ਕਿਉਂਕਿ ਜਿਹੜੀ ਇਹ ਫਿਰ ਪੂਰੇ ਪਹਾੜ ਨਾਲ ਹੀ ਆ ਗਈ। ਲੋਕੀ ਮਿੱਤਰੋ ਫਿਰ ਹੋਣਾ ਕੀ ਸੀ ਯਾਰ ਹੁਣ ਸਿੱਟੀ ਦਾ ਤੱਕ ਦੇ ਵਿੱਚ ਤੇ ਕੰਮ ਕਰ ਦਿੱਤਾ ਸ਼ੁਰੂ। ਵਸੇਂ ਦੇ ਪੱਠੇ ਆਪਣੇ ਮਾਸ਼ਾਅੱਲਾ ਬਿਲਕੁਲ ਠੀਕ ਠਾਕ ਨੇ ਤੇ ਪੰਡਾ ਵੰਡੀਆਂ ਨੇ ਦੋ ਕਿਉਂਕਿ ਅੱਜ ਕੱਲ ਨਾਲ ਪਾ ਰਹੇ ਵਿੱਚ ਤੂੜੀ ਹਲਕੀ ਫੁਲਕੀ ਕਰ ਰਹੇ ਆ ਗੁਜ਼ਾਰਾ ਪੱਠੇ ਵੀ ਮੁੱਕਣ ਵਾਲੇ ਨੇ ਆ। ਮੈਂ ਫਿਰ ਮਿੱਤਰੋ ਪੈ ਗਿਆ ਜੇ ਕੰਮ بارش ਹੋ ਗਈ ਤੇਜ਼ ਸ਼ੁਰੂ ਮੈਂ ਕਹਿੰਦਾ ਵੀ ਪੰਡਾ ਜੇ ਇੱਕੀ ਵੱਡੀ ਹੈ ਤੇ بارش ਦੇ ਆਪਣੇ ਪੂਰੇ ਪਹਾੜ ਨਾਲ ਪੈਣਾ ਸ਼ੁਰੂ ਕਰ ਦਿੱਤਾ। ਮੈਂ ਕਹਿੰਦਾ ਵੀ ਚੈੱਕ ਕਰੋ ਨਜ਼ਾਰਾ। ਸੱਜਣੋ ਤੇ ਮਿੱਤਰੋ ਮੈਂ ਕਹਿੰਦਾ ਵੀ ਜਿੰਨੇ بارش ਹੁਣ ਪੈਣ ਦਈਆਂ ਨੇ ਨਾ ਗਿੱਲਾ ਹੋ ਜੇ ਇਹ ਬੰਦ ਹੋ ਗਿਆ ਤੇ ਮੁੜ ਕੇ ਆਪਾਂ ਵੀਡੀਓ ਸ਼ਿਡਿਓ ਕਿਤੇ ਬਣਾਇਆ ਕਰਾਂਗੇ ਚੈੱਕ ਕਰੋ ਨਜ਼ਾਰਾ ਮਾਸ਼ਾਅੱਲਾ ਬਾਰਿਸ਼ ਪੂਰੇ ਭਾਰ ਨਾਲ ਪੈਣ ਦੀ ਹੈ ਤੇ ਹੋ ਗਿਆ ਚਿਕੜ ਖੋਬਾ ਲੋ ਵੀ ਮਿੱਤਰੋ ਟਾਈਮ ਆ ਮੇਰੇ ਕੋਲ ਥੋੜਾ ਕੰਮ ਬਹੁਤ ਜ਼ਿਆਦਾ ਤੇ ਬਾਰਿਸ਼ ਹੋ ਰਹੀ ਹੈ ਪੂਰੇ ਭਾਰ ਨਾਲ ਤੇ YouTube ਵਾਲਾ ਲਾਇਆ ਆਪਾਂ ਫਿਲਟਰ ਤੇ ਮਾਸ਼ਾਅੱਲਾ ਪਹੁੰਚ ਗਿਆ ਘਰ ਕੈਸਾ ਬਈ ਨਾ ਤੋ ਕੇ ਕਪੜੇ ਛਪੜੇ ਪਾ ਲੇ ਤੇ ਮੌਸਮ ਦਾ ਕੋਰੋ ਨਜ਼ਾਰਾ ਘਰ ਪਹੁੰਚ ਕੇ ਜੀ ਬੱਦਲ ਛੱਦਲ ਹੋਏ ਨੇ ਤੇ ਬਾਰਿਸ਼ ਤੋਂ ਬਾਅਦ ਇਹ ਮਾਹੌਲ ਬਣਿਆ ਜੀ ਸਾਡੇ ਪਿੰਡ ਦਾ ਬਿਸਮਿਲ੍ਲਾ ਕਰਕੇ ਜੀ ਮੈਂ ਪਹੁੰਚਿਆ ਆਪਣੇ ਮੱਖਣ ਵਰਗੇ ਚਾਚਾ ਮਕਬੂਲ ਦੀ ਦੁਕਾਨ ਤੇ ਜਾ ਕੇ ਮੈਂ ਵੇਖਿਆ ਤੇ ਚਾਚਾ ਮਕਬੂਲ ਤੇ ਨਾਲ ਛੋਟਾ ਮੋਥਨ ਮੈਂ ਕਹਾ ਚਾਚਾ ਮਕਬੂਲ ਸਣਾ ਹਾਦਸਾ ਤੇ ਮਲਾਇਆ ਚਾਚਾ ਮਕਬੂਲ ਨਾਲ ਲਈ ਦੁਆ ਸਲਾਮ ਇਧਰ ਵੇਖਿਆ ਤੇ ਜਾ ਰਿਹਾ ਮੋਥਨ ਘਰ ਨੂੰ ਮੈਂ ਕਹਾ ਮੋਥਨ ਤੇ ਕੋਈ ਮਸਲਾ ਨਹੀਂ ਯਾਰ ਕੋਈ ਦੁਆ ਸਲਾਮ ਨਹੀਂ ਅੱਜ ਕੱਲ ਮਿੱਤਰੋ ਅੱਜ ਕੱਲ ਦੇ ਨਿਆਣੇ ਯਾਰ ਕੈਮਰੇ ਤੋਂ ਡਰਦੇ ਕੋਈ ਨਹੀਂ ਮੋਥਨ ਆਪਣਾ ਪਤਾ ਨਹੀਂ ਕਿਉਂ ਡਰ ਗਿਆ ਚਲੋ ਖੈਰ ਕੋਈ ਨਹੀਂ ਮੈਂ ਕਹਾ ਡਰ ਗਿਆ ਤੇ ਕੋਈ ਐਸੀ ਗੱਲ ਨਹੀਂ ਆਪਾਂ ਚੱਕੇ ਜੀ ਦੋ ਅੰਡੇ ਚਾਚਾ ਮਕਬੂਲ ਦੀ ਦੁਕਾਨ ਤੋਂ ਤੇ ਜਾ ਕੇ ਪਕਾਵਾਂਗੇ ਇਹਨਾਂ ਦਾ ਸਾਲਨ ਤੇ ਲੱਗੀ ਆ ਭੁੱਖ ਮੈਂ ਕਹਾ ਜਾ ਕੇ ਕਰੀਏ ਯਾਰ ਰੋਟੀ ਪਾਣੀ ਕੋ ਪੇਟ ਪੂਜਾ ਲੋ ਵੀ ਸੱਜਣੋ ਤੇ ਮਿੱਤਰ ਇਹ ਹੋ ਗਏ ਨੇ ਵੇਲੇ ਮਾਸ਼ਾਅੱਲਾ ਹੋਈ ਛੁੱਟੀ ਕਾਕਾ ਮੈਨੂੰ ਕਹਿ ਲੱਗਾ ਕਿ ਯਾਰ ਇਧਰ ਆਪਣੇ ਜੱਟ ਸਾਹਿਬ ਦਾ ਕਲਿੱਪ ਲੈ ਲੈ ਮੈਂ ਕਿਹਾ ਯਾਰ ਇਹ ਕਿਹੜੀ ਗੱਲ ਹੈ ਜੱਟ ਸਾਹਿਬ ਸਿੱਧਾ ਹੋਵੋ ਤੁਸੀਂ ਲੋ ਵੀ ਮਿੱਤਰੋ ਉਮੀਦ ਕਰਦਾ ਵੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਣੀ ਯਾਰ ਦਵਾਵਾਂ ਜੇ ਯਾਦ ਰੱਖਿਓ ਆਪਣਾ ਖਿਆਲ ਰੱਖਿਓ ਨਮਾਜ਼ ਕਾਇਮ ਕਰਿਓ ਪਾਕਿਸਤਾਨ ਜ਼ਿੰਦਾਬਾਦ